लड़के हैं मोहल्ले के। दीना जी जी सुन रही है ना? हाँ हाँ। अरे लड़के हैं मोहल्ले के। मेरे को तो ठहरू तो की पता साढ़े मास्टर की बदली हुई मास्टर। अच्छा कोई नी असी कटांगे इहदी सरताई आपां कटांगे इहदी चिकड़ भुन्नियां क्योंकि केड़ा जम पिया सूरमा जड़ा साडी चढ़त नू रोके ओ केड़ा जम पिया सूरमा जड़ा साडी चढ़त नू रोके क्योंकि बंदे भी तू की बम बम लाया शनिया का तेल मंगदा तू गल्ला करदा शराबा दियां विच सरवां तेल कित्थों मारता ओए सीधी ढोल के बजा बम 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 तेरी ढोल के भी कसन आ रही है क्योंकि बंदे भी देसियां ते पीने भी देसियां। खड़े हो जाओ खड़े हो जाओ। आपको बैठने के लिए किसने कहा? सर जी जिन्ना साड़ा तजुर्बा है जय हिंद कह के नाल ही बह जाना क्योंकि मास्टर ज्यादा इज्जत नहीं मास्टर पुड़ के जाते हैं। चल ठीक है आज तो बाद जब तक मैं ना कहूँ तब तक नहीं बैठना ठीक है? यस सर। चलो बैठो चल बाय। चलो ठीक है आपका और मेरा आज पहला दिन है मास्टर जी तो दादा जी स्कूले पहला दिन है पर साडा दादा जी स्कूले विच उम्र ही लंघी गई है पंजवी विच 3 साल छेवीं विच 4 साल हुण आपां सतवीं विच शानदार साडा 3 साल। सबसे पहले मैं अपनी इंट्रोडक्शन देता हूँ आपको ठीक है। 5 स्कूलों में मेरी तब्दीली हो चुकी है बदली हो चुकी है समझ रहे हो ना? यस सर। ठीक है पूछो क्यों? क्यों सर? पहली बदली कुट कटापे च दूजी उन्दे पंचायतां दे कारण क्योंकि एक बंदा मारिया मैं तीजी वो कुछ है ही सेपरेट मामला चौथी वो भी कुट कटापे च ते पंजवी शायद प्रिंसिपल नूं थप्पड़ ला दिते ते हुण तुसी बच के रहे हो ठीक है ते हुण मेरा नां जाणो। हाँ जी सर। ठीक है मेरा नां जाणो। बोलो सर। मेरा नां जाणो हुण। बोलो सर। मेरा नां जानो जानो। अच्छा तोडा नां जानो जानो। सर जी ये तो ही अपनी इंट्रोडक्शन दी थी जैसे सनसनी कोई कहानी सुनाई है कि बच्चे तो तुसी तो डराईता। चल चलो छड्डो हुण आपां हुण हाजरी लाने आ। चलो बदतमीजो हुण हाजरी लाने आ। ओ महीना केड़ा ओए सर जी तुम स्कूल अंब लैन आ दियो नंबर महीना है सर जी नहीं नहीं नंबर भी है नहीं वो सितंबर हाँ जी सितंबर कह रहा हो सितंबर दी अज है 5 तरीक सितंबर है पक्का? हाँ जी सर जी सितंबर ओ सितंबर ही है ना माहदी पहली बार स्कूल आया मैं नदा कार भी याद रख सकता कैलेंडर ही लग गया हो यार ओ यार ਸਤੰਬਰੀ ਹੈ ਸਤੰਬਰੀ ਹੈ ਆਹ
ਸਰਜਿਆ ਨਹੀਂ ਆਦਾ ਉਹ ਕਿਉਂ ਨਹੀਂ ਆਇਆ ਸਰਜੀ ਦੀ ਮੱਝਾਂ ਨੇ ਸੱਤ ਲੱਤਾਂ ਦਾ ਕੱਟਾ ਦਿੱਤਾ ਚਾਰ ਲੱਤਾਂ ਦਾ ਹੁੰਦਾ ਪਰ ਸਰਜੀ ਉਹ ਦੇਸੀ ਆ ਖਜੂਰ ਚਲੋ ਛੱਡੋ ਰੋਲ ਨੰਬਰ 3 ਸਜੀ ਆਦਾ ਮੇਰੇ ਹਾਬੇ ਕਰਨਾ ਕੌਣ ਹੈ ਉਹ ਇਹ ਸਜੀ ਬੈਠਦਾ ਓਏ ਇੰਨੀ ਦੇਰ ਦਾ ਕਿਉਂ ਨਹੀਂ ਬੋਲਦਾ ਓਏ ਤੈਨੂੰ ਆਪਣਾ ਰੋਲ ਨੰਬਰ ਯਾਦ ਨਹੀਂ ਉਹ ਸਜੀ ਇਹਦਾ ਪੁਰਾਣਾ ਮਾਸਟਰ ਹੈ ਹਨਾ ਉਹਨੇ ਮੇਰੇ ਸਿਰੇ ਐਡੀਆਂ ਜੁੱਤੀਆਂ ਮਾਰੀਆਂ ਮੇਰਾ ਦਿਮਾਗ ਹੀ ਲਿਰੀ ਗਿਆ ਅਗਲਾ ਬੋਲੋ ਹੁਣ ਰੋਲ ਨੰਬਰ 4 ਬ੍ਰਾਇਨ ਸਰ ਰੋਲ ਨੰਬਰ 5 ਸਾਜਰਾ ਸਰ ਕਿਉਂ ਇਹ ਫਿਸ਼ ਫਿਸ਼ ਕੀ ਲਾਇਆ ਸਰ ਜੀ ਇਹ ਜੜਾ ਇਹ ਯਾਰ ਇਹ ਉੱਪਰ ਕੀ ਆਏ ਆਕਾਸ਼ ਵੀ ਜਿੰਦਾ ਨਹੀਂ ਹੈ ਸਿੱਧਾ ਹੀ ਹੈ ਸੂਈਏ ਸਾਈਂ ਆਹੋ ਰਾਕੇਟ ਉਹਦੇ ਸਾਈਂ ਮੈਂ ਇੰਨਾ ਕਰਾ ਮੈਂ ਵੀ ਉੱਪਰ ਜਾਣਾ ਇੱਕ ਦਿਨ ਵੱਡੀ ਸੋਚ ਹੈਗੀ ਤੁਹਾਡੀ ਬਾਕੀ ਗੱਲ ਛੱਡੋ ਮੈਨੂੰ ਇੱਕ ਕਹਾਣੀ ਸੁਣਾ ਦਿਓ ਚੱਲ ਤੂੰ ਖੜਾ ਹੋ ਜਾ ਪੁੱਤ ਓ ਨੋ ਅੱਛਾ ਸਰ ਜੀ ਕਹਾਣੀ ਆਹੋ ਆਹੋ ਕਹਾਣੀ ਹਜੀ ਕਹਾ ਅਨਪੜ੍ਹ ਬੰਦਾ ਉਹਨੇ ਡਾਕੀਏ ਪੁੱਛਿਆ ਕਿ ਮੈਂ ਚਿੱਠੀ ਪਾਣੀ ਹੈ ਤਾਂ ਮੈਂ ਕੋਹਾ ਪਾਂ ਤਾਂ ਉਹ ਕਹਿੰਦਾ ਕਿ ਲਾਲ ਜਿਹਾ ਡੱਬਾ ਹੋਣਾ ਹੈ ਉਹਦੇ ਵਿੱਚ ਪਾਇਆ ਤਾਂ ਉਹ ਵੀ ਘਰ ਗਿਆ ਆਪਣੇ ਲਾਲ ਤੋਂ ਚਿੱਠੀ ਉਹ ਚਲੀ ਆ ਚਿੱਠੀ ਪਾਉਣ ਉਹ ਬੇਚਾਰਾ ਬੜਾ ਬੜਾ ਘੁੰਮਿਆ ਤੁਸੀਂ ਕੋਈ ਡੱਬਾ ਨਹੀਂ ਲੁੱਭਿਆ ਅੰਤ ਵਿੱਚ ਉਹ ਇੱਕ ਪਿੰਡ ਵਿੱਚ ਪੁੱਜਿਆ ਉੱਥੇ ਸੀ ਇੱਕ ਜਨਾਨੀ ਲੁੱਭੀ ਉਹਨੇ ਲਾਲ ਸਾੜੀ ਪਾ ਲਈ ਲਾਲ ਸੂਈ ਲਿਪਸਟਿਕ ਲਾਈ ਤਾਂ ਉਹ ਸਿੱਧਾ ਉਹਦੇ ਕੋਲ ਚਲੀ ਆ ਉਹਨੇ ਜੰਦੇ ਚਿੱਠੀ ਦੇ ਮੂੰਹੇ ਠੋਕੜੀ ਤਾਂ ਜਨਾਨੀਆਂ ਨੇ ਛਿੱਤਰ ਖੋਲਿਆ ਸੀ ਤਾਂ ਦੇਹ ਲੱਗੀ ਮਾਰ ਤਾਂ ਬੰਦਾ ਉਸੀ ਕਹਿੰਦਾ ਉਹ ਪਹਿਲਾਂ ਮਿੱਕੀ ਚਿੱਠੀ ਪਾਈ ਲੈਣ ਦੇ ਮੋਹਰਾਂ ਬਾਅਦ ਚ ਲਾਇਆ ਤੇ ਪੁੱਤ ਮੋਹਰਾਂ ਮੈਂ ਲਾਣੀਆਂ ਹੁਣ ਤੇਰੇ ਸਿਰ ਤੇ ਚੱਲ ਪਿਆ ਜਾ ਚਲੋ ਛੱਡੋ ਮੈਨੂੰ ਇਹ ਦੱਸੋ ਕਿ ਭੱਜਣ ਦੇ ਕੀ ਫਾਇਦੇ ਨੇ ਨਾ ਸੱਚੀ ਨਾ ਨਾ ਭੱਜਣ ਦੇ ਤਾਂ ਵਾਲੇ ਨੁਕਸਾਨ ਨੇ ਨਾ ਬਹੁਤੇ ਨੁਕਸਾਨ ਨੇ ਭੱਜਣ ਦੇ ਨਾ 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 ਕੀ ਨੁਕਸਾਨ ਨੇ ਦੱਸ ਮੈਨੂੰ ਸਰ ਜੀ ਕਲਾਸ ਹੋਵੇ ਪੰਜਵੀਂ ਜਾਂ ਛੇਵੀਂ ਦੌੜਨ ਦੇ ਤਾਂ ਬਾਹਲੇ ਨੁਕਸਾਨ ਨੇ ਨਾ ਕੀ 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 ਨੁਕਸਾਨ ਨੇ ਸਰ ਜੀ ਜਦੋਂ ਜਦੋਂ ਵੀ ਮੈਂ ਸਕੂਲੋਂ ਭੱਜਿਆ ਜੀ ਕੰਡੋਲਾ ਮਾਸਟਰ ਨੇ ਮੈਨੂੰ ਫੜ ਕੇ ਇੰਨੀ ਤੁੰਬੀ ਦਿੱਤੀ ਨਾ ਮਾਰਿਆ ਮੈਨੂੰ ਮਾਰ ਮਾਰ ਮੇਰਾ ਪਿਛਵਾੜਾ ਲਾਲ ਕਰਤਾ ਉਹਨਾਂ ਨੇ ਇਸ ਕਰਕੇ ਭੱਜਣ ਦੇ ਤਾਂ ਬਾਹਲੇ ਨੁਕਸਾਨ ਨੇ ਨਾ ਬਾਹਲੇ ਨੁਕਸਾਨ ਨੇ ਤੇਰੇ ਮੈਂ ਨੁਕਸਾਨ ਦੱਸ ਚਲੋ ਠੀਕ ਹੈ ਹੁਣ ਮੇਰਾ ਪੀੜ ਹੋ ਗਿਆ ਖਤਮ ਤੇ ਤੁਸੀਂ ਕਰੋ ਮਸਤੀ ਮੈਂ ਚੱਲਿਆ ਹੁਣ ਠੀਕ ਹੈ ਯਾਰ ਕੋਈ ਗਾਣਾ ਸੁਣਾ ਦੇ ਚਲੋ ਮੈਂ ਗਾਣਾ ਸੁਣਾਉਣਾ ਤੁਸੀਂ ਨੱਚਿਓ ਠੀਕ ਹੈ ਓਏ ਅੱਧੀ ਰਾਤ ਤੱਕ ਬੇਬੇ ਖੰਘਦੀ ਰਹੀ ਓਏ ਮੱਝੀ ਸਾਨੂੰ ਸੂਲਾਂ ਵਾਂਗੂ ਡੰਗਦੀ ਰਹੀ ਓਏ ਭੋ ਦਾ ਮਹੀਨਾ ਉਹ ਤੋਂ ਕਾਲੀ ਬੋਲੀ ਰਾਤ ਭੋ ਦਾ ਮਹੀਨਾ ਉਹ ਤੋਂ ਕਾਲੀ ਬੋਲੀ ਰਾਤ ਨਿੱਤ ਚੱਲਦਾ ਸੀ ਤੱਤਾ ਨਹੀਂ ਬਥੇਰਾ ਹੂੰ ਆਪ ਸੁੱਤੀ ਰਹੀ ਤੂੰ ਰਜਾਈ ਤਾਣ ਕੇ ਨੀ ਯਾਰ ਠਰ ਗਿਆ ਟੰਡ ਵਿੱਚ ਤੇਰਾ ਆਪ ਸੁੱਤੀ ਰਹੀ ਤੂੰ ਰਜਾਈ ਤਾਣ ਕੇ ਨੀ ਯਾਰ ਠਰ ਗਿਆ ਟੰਡ ਵਿੱਚ ਤੇਰਾ ਤੁਹਾਡਾ ਟੀਚਰ ਕਿੱਥੇ ਆਓ ਕਲਾਸ ਨਹੀਂ ਲੱਗੀ ਕੋਈ ਸਰ ਜੀ ਸਾਡੇ ਮਾਸਟਰ ਦੀ ਕਬਜ਼ੀ ਹੋਈ ਜੀ ਉਹ ਦਵਾਈ ਲੈਣ ਲੱਗੇ ਅੱਛਾ ਠੀਕ ਆ ਮੈਂ ਤੁਹਾਡੇ ਕੋਲੋਂ ਕੁਛ ਕੁਐਸਚਨ ਪੁੱਛਣੇ ਆ ਠੀਕ ਆ ਉਹ ਧਿਆਨ ਨਾਲ ਸੁਣੋ ਠੀਕ ਹੈ ਢਿੱਡ ਦਾ ਪ੍ਰਮੁੱਖ ਕੰਮ ਕੀ ਹੁੰਦਾ ਆ ਉਹ ਦੱਸ ਸਰ ਜੀ ਢਿੱਡ ਦਾ ਕੰਮ ਹੀ ਨਾੜਾ ਬਣਨ ਦਾ ਅੱਛਾ ਮੇਰੇ ਲਾਸਟ ਕੁਐਸਚਨ ਤੁਹਾਡੇ ਲਈ ਹਾਂ ਓਏ ਉੱਠ ਤੂੰ ਕੀ ਬਣਨਾ ਉਹ ਵੱਡਾ ਹੋ ਕੇ ਸਰ ਜੀ ਲਾੜਾ ਲਾੜਾ ਹੋਰ ਕੁਛ ਨਹੀਂ ਕਰਨਾ ਤੂੰ
ਅੱਛਾ ਜੀ ਬਾਤ ਤੋਂ ਬਾਅਦ ਡੈਡੀ ਬਣ ਜਾਊਗਾ ਬੱਡਾ ਤੂੰ ਡੈਡੀ ਵਾਲਾ ਤਾਂ ਬੈਠ ਥੱਲੇ ਬੈਠ ਥੱਲੇ ਬੈਠ ਉੱਠ ਓਏ ਕੀ ਨਾਂ ਹੈ ਉਹ ਤੇਰਾ ਉੱਠ ਉੱਠ ਤੂੰ ਕੀ ਬਣਨਾ ਚਾਹੁੰਦਾ ਵੱਡਾ ਹੋ ਕੇ ਸਰ ਜੀ ਸਾਲਾ ਸਾਲਾ ਉਹ ਤੇ ਤੂੰ ਇੱਦਾਂ ਵੀ ਬਣ ਜਾਣਾ ਹੈ ਥੱਲੇ ਬੈਠ ਚੱਲ ਬਹਿ ਜਾ ਹਾਂ ਓਏ ਤੂੰ ਤਾਂ ਭਲਵਾਨ ਲੱਗਦਾ ਸ਼ਕਲ ਤੋਂ ਹਾਂ ਤੂੰ ਕੀ ਬਣਨਾ ਵੱਡੇ ਹੋ ਕੇ ਦੱਸ ਮੈਂ ਕੀ ਬਣਨਾ ਭਲਾ ਸੱਚੀ ਜ਼ਿੰਦਗੀ ਦਾ ਕੋਈ ਮਕਸਦ ਹੀ ਨਹੀਂ ਕੀ ਕੀ ਗੱਲ ਇੱਦਾਂ ਹੀ ਸਰ ਜੀ ਵੱਧ ਤੋਂ ਵੱਧ ਦਾਦਾ ਬਣ ਜਾਵਾਂਗੇ ਪੜਦਾਦਾ ਬਣ ਜਾਵਾਂਗੇ ਜਾਂ ਜਵਾਨੀ ਦੀ ਗੱਲ ਰਹੀ ਤਾਂ ਪਿਓ ਪਿਓ ਵੀ ਬਣ ਜਾਵਾਂਗੇ ਟੱਬਰ ਹੀ ਪੈਦਾ ਕਰਨਾ ਤੁਸੀਂ ਹੋਰ ਤਾਂ ਸਾਡੇ ਕੋਲ ਕੁਛ ਹੋਣਾ ਹੀ ਨਹੀਂ ਟੱਬਰ ਹੀ ਪੈਦਾ ਕਰਾਂਗੇ ਤੁਸੀਂ ਬੜੇ ਕਨਫਿਊਜ਼ ਕਰਦੇ ਹੋ ਬਹਿ ਜਾਓ ਬਹਿ ਜਾਓ ਬਹਿ ਜਾਓ ਠੀਕ ਆ ਆ ਹੁਣ ਹਾਜ਼ਰੀ ਤਾਂ ਲਾ ਦੀ ਹੋਣੀ ਤੁਹਾਡੇ ਟੀਚਰਾਂ ਨੇ ਹਾਂਜੀ ਸਰ ਜੀ ਹੁਣ ਬਾਕੀ ਤੁਹਾਨੂੰ ਛੁੱਟੀ ਹੋਣ ਵਾਲੀ ਆ ਠੀਕ ਆ ਬਾਕੀ ਅੱਜ ਟੀਚਰ ਡੇ ਸੀਗਾ ਅਤੇ ਨਾ ਤੁਸੀਂ ਵਿਸ਼ ਕੀਤਾ ਨਾ ਕੁਛ ਚਲੋ ਕੋਈ ਨਹੀਂ ਹੈਪੀ ਟੀਚਰ ਡੇ ਸਰ ਠੀਕ ਆ ਠੀਕ ਆ ਥੈਂਕ ਯੂ ਓਕੇ ਓਕੇ ਠੀਕ ਆ ਚੰਗਾ ਤੁਹਾਨੂੰ ਛੁੱਟੀ ਕਰ ਦਿੱਤੀ ਜਾਏਗੀ ਥੋੜ੍ਹੀ ਦੇਰ 'ਚ ਅਤੇ ਤੁਸੀਂ ਘਰ ਜਾਣਾ ਆਪਣਾ ਠੀਕ ਆ ਯੈਸ ਠੀਕ ਆ ਓਕੇ Hey guys, please like and subscribe to my channel and happy teacher day to all of you. Happy teacher day to all of you aur hamare channel ko subscribe karein, like karein, share karein jyada se jyada. Thank you. Dhanyawad.